ਵਾਸਤੇ ਸਰ ਪਹਿਲਾਂ ਮੈਂ ਚੇਤਕ ਸਕੂਟਰ 'ਤੇ ਕਰਦਾ ਹੁੰਦਾ ਸੀ। ਚੇਤਕ ਸਕੂਟਰ ਤੋਂ ਸ਼ੌਂਕ ਪੈਦਾ ਹੁੰਦਾ ਉਹਦੇ ਉੱਤੇ ਕਿਵੇਂ ਸੀ ਪੌੜੀ ਪੁੜੀ ਦਾ ਸ਼ੌਂਕ ਪੈਦਾ ਹੋਇਆ, ਕਿਉਂਕਿ ਚੇਤਕ 'ਤੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਸੀ, ਇਸ ਕਰਕੇ ਸੀ ਫਿਰ ਬੁਲਟ ਨੂੰ ਆਪਣਾ ਬੁਲਟ ਦੇ ਉੱਤੇ ਕਰਨੀ ਤਿਆਰੀ ਕਰੀ ਅਤੇ ਰੈਸਲ ਕਰਦੇ ਰਹੇ, ਹੌਲੀ ਹੌਲੀ ਸ਼ੌਂਕ ਪੈਦਾ। ਆਮ ਬੁਲਟ ਸਾਹਿਬ ਮੋਟਰਸਾਈਕਲ ਹੈਗਾ ਜਾਂ ਫਿਰ ਇਸ ਨੂੰ ਕੁਛ ਚੇਂਜਸ ਕਰ ਕੀਤਾ ਹੋਇਆ ਸਟੰਟਬਾਜ਼ੀ ਦੇ ਲਈ? ਹਜ਼ਾਰਾਂ ਲੋਕਾਂ ਦੀ ਨਜ਼ਰ ਤੁਹਾਡੇ 'ਤੇ ਹੁੰਦੀ ਹੈ, ਕੁਛ ਮਨ ਦੇ ਵਿੱਚ ਘਬਰਾਹਟ ਤਾਂ ਨਹੀਂ ਆਉਂਦੀ ਵੀ ਹਾਂ ਸਾਰੇ ਮੇਰੇ ਵੱਲ ਦੇਖ ਰਹੇ ਨੇ ਕਿ ਮੈਂ ਬੈਸਟ ਕਰਨਾ ਹੈਗਾ? ਨਹੀਂ, ਸਾਨੂੰ ਘਬਰਾਹਟ ਤਾਂ ਨਹੀਂ, ਇਸ ਵਾਰੀ ਸਾਡਾ ਤਾਂ ਦਿਲ ਖੁਸ਼ ਹੁੰਦਾ ਕਿ ਸਾਨੂੰ ਪਬਲਿਕ ਦਾ ਪਿਆਰ ਮਿਲਦਾ। ਇਸ ਤੋਂ ਇਲਾਵਾ ਜਿਵੇਂ ਅਸੀਂ ਆਪਣਾ ਇਹ ਗੇਮ ਪੇਸ਼ ਕਰਦੇ ਹਾਂ ਕਿ ਇਹਦੇ ਉੱਤੇ ਅਸੀਂ ਜਿਵੇਂ ਅਲੱਗ ਅਲੱਗ ਜਿਵੇਂ ਝੰਡੇ ਨੂੰ ਸਲਾਮੀ ਦੇਣੀ, ਥੋੜ੍ਹਾ ਉਹ ਬਣ ਲੱਗਿਆ ਅਤੇ ਇਸ ਕਰਕੇ ਫਿਰ ਪਰਿਵਾਰ ਨੂੰ ਥੋੜ੍ਹਾ ਜਿਹਾ ਡਰ ਉਹ ਹੋ ਗਿਆ ਕਿ ਚੱਲ ਬੱਚਾ ਕਰ ਸਕਦਾ, ਇਸ ਕਰਕੇ ਫਿਰ ਮੈਂ ਪਰਫੋਰਮਰ ਕਰਦਾ ਰਿਹਾ। ਚਲੋ ਬੱਚਾ ਪਹਿਲਾਂ ਸਟਾਰਟਿੰਗ 'ਚ ਜ਼ਰੂਰ ਰੁਕਿਆ ਸਰ। ਅਕਸਰ ਜਦੋਂ ਸੁਤੰਤਰਤਾ ਦਿਵਸ ਜਾਂ ਫਿਰ ਗਣਤੰਤਰਤਾ ਦਿਵਸ ਹੁੰਦਾ ਤਾਂ ਉੱਥੇ ਬਹੁਤ ਸਾਰੇ ਜਿਹੜੇ ਕਿ ਤੁਹਾਨੂੰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਣਗੇ ਜਿਸ ਨੂੰ ਦੇਖ ਕੇ ਲੋਕ ਕਾਫੀ ਜ਼ਿਆਦਾ ਆਨੰਦ ਮਾਣਦੇ ਹੈਗੇ ਨੇ। ਉੱਥੇ ਤਰ੍ਹਾਂ ਤਰ੍ਹਾਂ ਦੀਆਂ ਝਾਕੀਆਂ ਹੁੰਦੀਆਂ ਅਤੇ ਕੁਝ ਜਿਹੜੇ ਕਿ ਖਾਸ ਕਿਸਮ ਦੇ ਲੋਕ ਵੀ ਹੁੰਦੇ ਜਿਹੜੇ ਕਿ ਸਟੰਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਨੇ। ਅਸੀਂ ਅੱਜ ਅਜਿਹੀ ਸ਼ਖਸੀਅਤ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਵਾਵਾਂਗੇ ਜੋ ਕਿ ਮੋਹਾਲੀ ਦੇ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੇ ਵਿੱਚ ਜਿਹੜਾ ਕਿ ਪਰਫੋਰਮ ਕਰਕੇ ਆਏ ਹੈਗੇ ਨੇ, ਅਤੇ ਅਮਨਿੰਦਰ ਉਹਨਾਂ ਦਾ ਨਾਮ ਹੈ ਜੋ ਕਿ ਬੁਲਟ ਦੇ ਉੱਪਰ ਸਟੰਟ ਕਰਦੇ ਨੇ। ਗੱਲਬਾਤ ਕਰਦੇ ਹਾਂ ਬਾਈ ਜੀ, ਕਿੰਨਾ ਚਿਰ ਹੋ ਗਏ ਤੁਹਾਨੂੰ ਇਹ ਸਟੰਟਬਾਜ਼ੀ ਕਰਦੇ ਨੂੰ? ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਬੀਜੀ ਮੈਨੂੰ ਹੋ ਗਏ 2012 ਤੋਂ ਮੈਂ ਕਰਦਾ ਆ ਰਿਹਾ, ਅਤੇ ਇਸ ਵਾਰੀ ਇਹ SS ਨਗਰ ਮੋਹਾਲੀ 15 ਅਗਸਤ ਦੇ ਉੱਤੇ ਪ੍ਰਮੋਟ ਕਰੀ ਸੀ ਮੈਂ, ਅਤੇ ਇਹ ਮੈਨੂੰ 2012 ਤੋਂ ਸ਼ੌਂਕ ਸੀ। ਹੌਲੀ ਹੌਲੀ ਪਹਿਲਾਂ ਪਿੰਡਾਂ ਦੇ ਟੂਰਨਾਮੈਂਟ ਲਾਉਂਦਾ ਸੀ, ਅਤੇ ਉਸ ਤੋਂ ਬਾਅਦ ਮੈਂ ਆਪਣਾ ਲੋਕਲ ਜਿਵੇਂ ਜ਼ਿਲ੍ਹੇ ਬਾਈ ਅਤੇ ਪਿੰਡਾਂ ਦੇ ਨੀਚੇ ਮੋਟੇ ਟੂਰਨਾਮੈਂਟ, ਅਤੇ ਇਸ ਤੋਂ ਇਲਾਵਾ ਜਿਵੇਂ ਮਿੰਨੀ ਓਲੰਪਿਕ ਕਿਲਾ ਰਾਏਪੁਰ ਦੀਆਂ ਗੁੜਗਾਵਾਂ ਦਿੱਲੀ ਇੱਥੇ ਕਿਤੇ ਬਾਹਰ ਅੰਦਰ ਖੇਡਾਂ ਹੁੰਦੀਆਂ ਨੇ ਅਸੀਂ ਚਲੇ ਜਾਂਦੇ। ਅਤੇ ਸ਼ੁਰੂਆਤੀ ਸਫ਼ਰ ਕਿਵੇਂ ਦਾ ਰਿਹਾ, ਕਿਵੇਂ ਸ਼ੁਰੂਆਤ ਹੋਈ ਇਸ ਲਾਈਨ ਦੇ ਵੱਲ ਆਉਂਦੀ ਤੁਹਾਡੀ? ਸ਼ੁਰੂਆਤ ਤਾਂ ਸਰ ਪਹਿਲਾਂ ਮੈਂ ਚੇਤਕ ਸਕੂਟਰ 'ਤੇ ਕਰਦਾ ਹੁੰਦਾ ਸੀ। ਚੇਤਕ ਸਕੂਟਰ ਤੋਂ ਸ਼ੌਂਕ ਪੈਦਾ ਹੁੰਦਾ ਉਹਦੇ ਉੱਤੇ ਕਿਵੇਂ ਸੀ ਪੌੜੀ ਪੁੜੀ ਦਾ ਸ਼ੌਂਕ ਪੈਦਾ ਹੋਇਆ, ਕਿਉਂਕਿ ਚੇਤਕ 'ਤੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਸੀ, ਇਸ ਕਰਕੇ ਸੀ ਫਿਰ ਬੁਲਟ ਨੂੰ ਆਪਣਾ ਬੁਲਟ ਦੇ ਉੱਤੇ ਕਰਨੀ ਤਿਆਰੀ ਕਰੀ ਅਤੇ ਰੈਸਲ ਕਰਦੇ ਰਹੇ, ਹੌਲੀ ਹੌਲੀ ਸ਼ੌਂਕ ਪੈਦਾ। ਫਿਰ ਇਹ ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ 2012 ਦੇ ਵਿੱਚ ਸ਼ੁਰੂਆਤ ਕੀਤੀ ਹੈ, ਤਾਂ ਕਾਫੀ ਕੁਛ ਮੁਸ਼ਕਲਾਂ ਵੀ ਆਈਆਂ ਹੋਣੀਆਂ ਕਿ ਇੱਕਦਮ ਤਾਂ ਹੈ ਨਹੀਂ ਕਿ ਬੰਦਾ ਟਰੈਕ 'ਤੇ ਚੜ ਗਿਆ ਕਿ ਸਟੰਟਬਾਜ਼ੀ ਕਰਨ ਲੱਗ ਗਿਆ, ਕਿਵੇਂ ਇਹ ਤੁਸੀਂ ਸਟੰਟਬਾਜ਼ੀ ਦੇ ਵਿੱਚ ਪਰਫੈਕਟ ਹੋਏ ਜਾਂ ਸਿੱਖੇ ਹੈਗੇ ਹੋ ਜਾਂ ਤੁਹਾਡਾ ਖੁਦ ਦਾ ਸ਼ੌਂਕ ਸੀਗਾ ਕਰਕੇ ਤੁਸੀਂ ਜਿਹੜੇ ਕਿ ਹੁਣ ਬੈਸਟ ਪਰਫੋਰਮੈਂਸ ਦੇਣ ਲੱਗ ਗਏ? ਬ੍ਰਦਰ ਇਹ ਸਾਨੂੰ ਸਟਾਰਟਿੰਗ 'ਚ ਤਾਂ ਜ਼ਰੂਰ ਪ੍ਰੋਬਲਮ ਆਈ ਆ ਕਿ ਪਹਿਲਾਂ ਸਾਨੂੰ ਗਰਾਊਂਡ ਨਹੀਂ ਮਿਲਦਾ ਹੁੰਦਾ ਸੀ ਸਰ, ਸੜਕ 'ਤੇ ਉੱਤੇ ਤੁਹਾਨੂੰ ਪਤਾ ਟ੍ਰੈਫਿਕ ਹੁੰਦੀ ਸੀ, ਫਿਰ ਜਦੋਂ ਜਿਵੇਂ ਅਸੀਂ ਜਿਉਂ ਜਿਉਂ ਅਸੀਂ ਬਾਹਰ ਖੇਡਾਂ ਖੁੱਡਾਂ 'ਤੇ ਗਏ ਤੁਹਾਨੂੰ ਛੋਟੇ ਮੋਟੇ ਗਰਾਊਂਡ, ਉਸ ਤੋਂ ਬਾਅਦ ਜਿਵੇਂ ਜ਼ਿਲ੍ਹਾ ਪੱਧਰੀ ਰਾਜ ਪੱਧਰੀ ਸਮਾਗਮ ਹੁੰਦੇ ਤੇ ਜਿਵੇਂ ਵੱਡੇ ਗਰਾਊਂਡ ਮਿਲ ਜਾਂਦੇ ਤੇ ਸਾਨੂੰ ਸ਼ੌਂਕ ਪੈਦਾ ਹੋਇਆ, ਅਤੇ ਰੋਡ ਦੇ ਉੱਤੇ ਸਾਨੂੰ ਮੁਸ਼ਕਲ ਆਉਂਦੀ ਸੀ ਇਹੀ ਗੱਲ ਦੀ ਕਿ ਜੇ ਕੋਈ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਕਿ ਤੁਹਾਨੂੰ ਪਤਾ ਇਹਦੇ ਉੱਤੇ ਸੱਟ ਫੇਟ ਦਾ ਖਤਰਾ ਹੁੰਦਾ, ਇਸ ਕਰਕੇ ਸਾਨੂੰ ਗਰਾਊਂਡ ਦੇ ਵਿੱਚ ਹੀ ਆਪਣੀ ਤਿਆਰੀ ਕਰਦੇ। ਜਿਵੇਂ ਹੁਣ ਅਸੀਂ 15 ਅਗਸਤ ਦੀ ਵੀ ਤਿਆਰੀ ਕਰੀਏ, ਪਹਿਲਾਂ 15-20 ਦਿਨ ਅਸੀਂ ਰੈਸਲ ਕਰੀ, ਰੈਸਲ ਤੋਂ ਬਾਅਦ ਆਪਣੀ 15 ਅਗਸਤ ਦੇ ਉੱਤੇ ਪਰਫੋਰਮ। ਤਾਂ ਇਹ ਜਿਹੜਾ ਕਿ ਆਮ ਬੁਲਟ ਸਾਹਿਬ ਮੋਟਰਸਾਈਕਲ ਹੈਗਾ ਜਾਂ ਫਿਰ ਇਸ ਨੂੰ ਕੁਛ ਚੇਂਜਸ ਕਰ ਕੀਤਾ ਹੋਇਆ ਸਟੰਟਬਾਜ਼ੀ ਦੇ ਲਈ? ਨਹੀਂ, ਇਹਦੇ ਵਿੱਚ ਕੋਈ ਚੇਂਜ ਨਹੀਂ ਹੈਗੇ, ਸਿਰਫ ਇਹ ਤਾਂ ਇੱਕ ਪੌੜੀ ਦਾ ਇਹ ਸਿਸਟਮ ਲਾਇਆ ਹੋਇਆ, ਅਤੇ ਨੋਰਮਲੀ ਬੁਲਟ ਪੁਰਾਣਾ ਮਾਡਲ ਆ ਜੀ ਇਹ, 2010 ਮਾਡਲ ਰੱਖਿਆ ਹੋਇਆ ਜੀ ਮੈਂ,
ਤੇ ਇਹ ਇਹਦੇ ਉੱਤੇ ਆਪਣੀ ਗੇਮ ਫੇਸ ਕਰ ਲੈਂਦੇ। ਕਿਹੜੇ ਕਿਹੜੇ ਸਟੰਟ ਕਰਦੇ ਹੋ ਫਿਰ ਇਹਦੇ ਉੱਪਰ ਜਦੋਂ ਤੁਸੀਂ ਮੈਦਾਨ ਦੇ ਵਿੱਚ ਨਿਤਰਦੇ ਹੋ, ਜਦੋਂ ਕਿ ਹਜ਼ਾਰਾਂ ਲੋਕਾਂ ਦੀ ਨਜ਼ਰ ਤੁਹਾਡੇ 'ਤੇ ਹੁੰਦੀ ਹੈ, ਕੁਛ ਮਨ ਦੇ ਵਿੱਚ ਘਬਰਾਹਟ ਤਾਂ ਨਹੀਂ ਆਉਂਦੀ ਵੀ ਹਾਂ ਸਾਰੇ ਮੈਨੂੰ ਵੱਲ ਦੇਖ ਰਹੇ ਨੇ ਕਿ ਮੈਂ ਬੈਸਟ ਕਰਨਾ ਹੈਗਾ ਆਪਣਾ? ਨਹੀਂ, ਸਾਨੂੰ ਘਬਰਾਹਟ ਤਾਂ ਨਹੀਂ, ਇਸ ਵਾਰੀ ਸਾਡਾ ਤਾਂ ਦਿਲ ਖੁਸ਼ ਹੁੰਦਾ ਕਿ ਸਾਨੂੰ ਪਬਲਿਕ ਦਾ ਪਿਆਰ ਮਿਲਦਾ। ਇਸ ਤੋਂ ਇਲਾਵਾ ਜਿਵੇਂ ਅਸੀਂ ਆਪਣਾ ਇਹ ਗੇਮ ਪੇਸ਼ ਕਰਦੇ ਹਾਂ ਕਿ ਇਹਦੇ ਉੱਤੇ ਅਸੀਂ ਜਿਵੇਂ ਅਲੱਗ ਅਲੱਗ ਜਿਵੇਂ ਝੰਡੇ ਨੂੰ ਸਲਾਮੀ ਦੇਣੀ, ਦੋ ਝੰਡੇ ਫਲੈਗ ਹੱਥ 'ਚ ਫੜ ਕੇ ਗੇੜਾ ਦੇਣਾ, ਅਤੇ ਢੋਲ ਵਜਾਉਣਾ, ਚਿਮਟਾ ਵਜਾਉਣਾ ਜਾਂ ਪੌੜੀ ਲਗਾਉਣੀ। ਜੇ ਇੱਕ ਲੜਕੀ ਹੈ ਮੇਰੇ ਨਾਲ ਪਟਿਆਲੇ ਦੀ, ਉਹ ਆਪਣੇ ਉਹ ਜਿਵੇਂ ਬਾਹਰ ਅੰਦਰ ਜਿਵੇਂ ਸਾਨੂੰ ਸਮਾਂ ਮਿਲਦਾ, ਇਤਕੀ ਤਾਂ ਸਾਨੂੰ 5 ਤੋਂ 10 ਕੁ ਮਿੰਟ ਮਸੀ ਮਿਲੇ ਤੇ, ਅਤੇ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਿਵੇਂ ਬਾਹਰਲੇ ਬੜੀਆਂ ਖੇਡਾਂ 'ਤੇ ਉਹ ਲੜਕੀ ਨਾਲ ਜਾਂਦੀ ਆ, ਅਤੇ ਅਸੀਂ ਵੱਖ ਵੱਖ ਤਰ੍ਹਾਂ ਦੇ ਆਪਣੇ ਪਰਫੋਰਮਰ। ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਲਿਮਿਟਿਡ ਟਾਈਮ ਦਿੱਤਾ ਜਾਂਦਾ, ਅਤੇ ਹੁਣ ਜਿਵੇਂ ਤੁਸੀਂ ਗਿਣਾਇਆ ਹੈਗਾ ਕਿ ਤੁਸੀਂ ਸਟੰਟ ਕਰਦੇ ਹੋਏ ਬੁੱਕ ਰੀਡ ਕਰਦੇ ਹੋ, ਅਖਬਾਰ ਪੜ੍ਹਦੇ ਹੋ, ਪੌੜੀ ਦੇ ਉੱਪਰ ਸਟੰਟ ਕਰਦੇ ਹੋ, ਉਹਨਾਂ ਟਾਈਮ ਸਫੀਸ਼ੀਐਂਟ ਹੈ ਜਾਂ ਫਿਰ ਕੁਛ ਮਿਸ ਹੋ ਜਾਂਦਾ ਜੇਕਰ ਟਾਈਮ ਲਿਮਿਟੇਸ਼ਨ ਹੁੰਦੀ ਹੈ? ਹਾਂਜੀ, ਟਾਈਮ ਮਿਸ ਵੀ ਕਰ ਦਿੰਦੇ ਨੇ, ਕਿਵੇਂ ਸਾਨੂੰ ਹੁਣ ਇਸ ਵਾਰੀ ਤਾਂ 10 ਮਿੰਟ ਦਿੱਤੇ ਅਤੇ ਮਿਲੀ 7 ਨਹੀਂ 3 ਮਿੰਟ, ਉਹ ਕਿਉਂਕਿ ਕੁਛ ਬਾਰਿਸ਼ ਹੋ ਰਹੀ ਸੀ, ਬਾਰਿਸ਼ ਦੇ ਲਾ ਉਹਦੇ ਕਾਰਨ ਕਿ ਉਹਨਾਂ ਨੂੰ ਆਈ ਸੀ ਕਿ ਜਲਦੀ ਅਸੀਂ ਪ੍ਰੋਗਰਾਮ ਨੂੰ ਸਮਾਪਤ ਕਰਨ, ਇਸ ਕਰਕੇ ਸਾਨੂੰ ਟਾਈਮ ਘੱਟ ਹੋਣ ਕਰਕੇ ਸਾਡੇ ਉਹੀ 1-2 ਸਾਡੇ ਰੌਣਕ ਘੱਟ ਜਾਂਦੇ ਨੇ। ਸੋ ਤੁਸੀਂ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਵੀ ਜੋਬ ਕਰਦੇ ਹੈਗੇ ਅਤੇ ਸਟੰਟਬਾਜ਼ੀ ਤੁਹਾਡਾ ਸ਼ੌਂਕ ਹੈਗਾ, ਸੋ ਇਸ ਸ਼ੌਂਕ ਦੀ ਬਦੌਲਤ ਇੱਕ ਵੱਖਰੀ ਪਹਿਚਾਣ ਵੀ ਬਣ ਗਈ ਹੈਗੀ ਹੈ ਕਿ ਅਮਰਿੰਦਰ ਉਹੀ ਜਿਹੜਾ ਕਿ ਮੋਟਰਸਾਈਕਲ ਦੇ ਉੱਪਰ ਸਟੰਟ ਕਰਦਾ? ਸਰ, ਇਹ ਤਾਂ ਜਿਵੇਂ ਹੁਣ ਅਸੀਂ ਬਾਹਰ ਅੰਦਰ ਜਾਣੇ ਹੋਏ ਤਾਂ ਪਬਲਿਕ ਦਾ ਪਿਆਰ, ਅਤੇ ਇੱਥੇ ਬਾਹਰ ਅੰਦਰ ਜਾਣ ਕਰਕੇ ਹੀ ਸਾਡਾ ਆਪਣਾ ਨਾਂ ਹੋ ਜਾਂਦਾ। ਹੋਰ ਤਾਂ ਕਹੀਏ ਸਾਨੂੰ ਪਰਮਾਤਮਾ ਵੱਲੋਂ ਬਾਕੀ ਬਖਸ ਕਿ ਬਾਕੀ ਸ਼ੌਂਕ ਆ ਸਾਡਾ, ਅਸੀਂ ਸ਼ੌਂਕ ਦੇ ਤੌਰ 'ਤੇ ਆਪਣਾ, ਮੈਂ ਆਪਣੇ ਵਿਜੀਲੈਂਸ ਸੈੱਲ ਚੰਡੀਗੜ੍ਹ ਡਿਊਟੀ ਕਰ ਰਿਹਾ ਸਰ, ਅਤੇ ਉਸ ਦੇ ਨਾਲ ਨਾਲ ਆਪਣਾ ਕੁਝ ਮਾਨ ਸਨਮਾਨ ਵੀ ਮਿਲਦਾ ਸਟੰਟਬਾਜ਼ੀ ਦੇ ਬਦਲੇ ਜਾਂ ਫਿਰ ਬਸ ਠੀਕ ਹੈ ਆ ਕੇ ਪਰਫੋਰਮ ਕਰਕੇ ਡੈਟਸ ਇਟ? ਨਹੀਂ, ਸਾਨੂੰ ਮਾਨ ਸਨਮਾਨ ਕਰਦੇ ਨੇ ਸਰ, ਜੋ ਵੀ ਉੱਥੇ ਚੀਫ ਮਿਨਿਸਟਰ ਜੋ ਵੀ ਆਪਣੇ ਆਉਣਗੇ ਗੈਸਟ, ਅਤੇ ਸਾਨੂੰ ਪਹਿਲਾਂ ਆਪਣੇ ਮਹਿਕਮੇ ਚਿੱਠੀ ਦੇਣੀ ਪੈਂਦੀ ਹੈ, ਚਿੱਠੀ ਦੇਣ ਤੋਂ ਬਾਅਦ ਆਪਣੀ ਅਸੀਂ ਪਰਫੋਰਮਲ ਕਰ ਲੈਂਦੇ ਹਾਂ, ਬਾਹਰ ਅਸੀਂ ਖੇਡਾਂ ਖੁੱਡਾਂ ਦੇ ਜਾਂ ਜੋ ਸਾਡਾ ਖਰਚਾ ਪੱਤਾ ਮਿਲ ਜਾਂਦਾ ਸਰ। ਸੋ ਕਦੇ ਇੱਦਾਂ ਨਹੀਂ ਹੋਇਆ ਕਿ ਤੁਹਾਡੇ ਘਰਦਿਆਂ ਨੇ ਰੋਕਿਆ ਹੋਵੇ ਕਿ ਤੂੰ ਕਿਸ ਪਾਸੇ ਜਾ ਰਿਹਾ, ਤੈਨੂੰ ਵੀ ਨੁਕਸਾਨ ਪਹੁੰਚ ਸਕਦਾ ਜਾਂ ਫਿਰ ਕੋਈ ਸੱਟ ਫੇਟ ਲੱਗ ਸਕਦੀ ਹੈ, ਪਰਿਵਾਰ ਦਾ ਸਾਥ ਹੈਗਾ ਇਸ ਕੰਮ 'ਚ? ਪਹਿਲਾਂ ਤਾਂ ਸਰ ਪਰਿਵਾਰ ਤੁਹਾਨੂੰ ਕਹਿ ਡਰਦੇ ਹੁੰਦੇ ਤੇ ਕਿ ਸਾਡਾ ਬੱਚਾ ਕੀ, ਚਲੋ ਕਈ ਵਾਰੀ ਤੁਹਾਨੂੰ ਪਤਾ ਹੈ ਇਹ ਚੀਜ਼ ਤੁਹਾਨੂੰ ਪਤਾ, ਸਾਡਾ ਥੋੜ੍ਹਾ ਪਿੰਡਾਂ ਦਾ ਏਰੀਆ ਸੀ, ਪਿੰਡੂ ਏਰੀਆ ਹੋਣ ਕਰਕੇ ਪਰਿਵਾਰ ਨੂੰ ਹੁੰਦੀ ਆ ਕਿ ਇਹੋ ਜਿਹੀ ਕੋਈ ਗੱਲਬਾਤ ਨਾ ਕੱਲ੍ਹ ਨੁਕਸਾਨ ਨਾ ਹੋ ਜਾਵੇ। ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਚਲੋ ਬਾਹਰ ਜਾ ਕੇ ਸਾਡੇ ਬੱਚੇ ਦੀ ਚਲੋ ਪਰਫੋਰਮਰ ਅੱਛੀ ਆ, ਕਿ ਕੋਈ ਫੋਟੋ ਵਗੈਰਾ ਜਾਂ ਕੋਈ ਮੀਡੀਆ ਰਾਹੀਂ ਆਪਣੇ ਭਾਈਚਾਰੇ ਨੇ ਵਧੀਆ ਸਹਿਯੋਗ ਦਿੱਤਾ, ਉਸ ਕਰਕੇ ਸਾਡਾ ਆਪਣਾ ਪਰਿਵਾਰ ਨੇ ਫਿਰ ਪਤਾ ਲੱਗਿਆ ਕਿ ਤੁਹਾਡਾ ਬੱਚੇ ਦੀ ਚਲੋ ਥੋੜ੍ਹਾ ਉਹ ਬਣ ਲੱਗੀ, ਅਤੇ ਇਸ ਕਰਕੇ ਫਿਰ ਪਰਿਵਾਰ ਨੂੰ ਥੋੜ੍ਹਾ ਜਿਹਾ ਡਰ ਹੋ ਗਿਆ ਕਿ ਚਲ ਬੱਚਾ ਕਰ ਸਕਦਾ, ਇਸ ਕਰਕੇ ਫਿਰ ਮੈਂ ਪਰਫੋਰਮਰ ਕਰਦਾ ਰਿਹਾ। ਚਲੋ ਬੱਚਾ ਪਹਿਲਾਂ ਸਟਾਰਟਿੰਗ 'ਚ ਜ਼ਰੂਰ ਰੋਕਿਆ ਸਰ। ਅਤੇ ਜਦੋਂ ਸ਼ੁਰੂਆਤ ਕੀਤੀ ਸੀ, ਜਦੋਂ ਪਹਿਲੀ ਵਾਰ ਆਪਣੀ ਪਰਫੋਰਮੈਂਸ ਦਿੱਤੀ, ਕਿਸ ਦੇ ਸਾਹਮਣੇ ਸੀਗੀ? ਉਹ CM ਦੇ ਸਾਹਮਣੇ ਸੀ ਜਾਂ ਫਿਰ ਮਿਨਿਸਟਰ ਕਿਸੇ ਦੇ ਸਾਹਮਣੇ? ਸਭ ਤੋਂ ਪਹਿਲਾਂ ਜੀ ਅਸੀਂ ਆਪਣੇ ਕਾਂਗਰਸ ਦਾ ਸਰਕਾਰ ਦੇ ਟਾਈਮ ਆਪਣੇ YPS ਪਟਿਆਲੇ ਕਰਿਆ ਸੀ ਜਿਵੇਂ। ਅੱਛਾ, YPS ਪਟਿਆਲੇ ਕੈਪਟਨ ਅਮਰਿੰਦਰ ਸਿੰਘ ਜੀ ਆਏ ਤੇ ਉਦੋਂ ਜੀ, ਅਤੇ ਉਸ ਤੋਂ ਬਾਅਦ ਅਸੀਂ ਬਾਹਰ ਜਿਵੇਂ ਮੰਤਰੀ ਸਾਹਿਬਾਨ, SSP ਜ਼ਿਲ੍ਹੇ ਆਪਣੇ ਜਿੰਨੇ ਵੀ ਹੋਰ ਕੈਬਨਿਟ ਮੰਤਰੀ ਵਗੈਰਾ ਕਾਫੀ ਤੋਂ ਅਤੇ ਸਨਮਾਨਿਤ ਹੁੰਦੇ ਗਏ, ਅੱਗੇ ਅੱਗੇ ਜਿਵੇਂ ਜੋ ਸਮਾਂ ਮਿਲਦਾ ਰਿਹਾ ਸੀ ਬਾਤ ਰਿਹਾ ਸੀ। ਸੋ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਅਲੱਗ ਅਲੱਗ ਸਟੰਟ ਕਰਦੇ ਹੈਗੇ ਹੋ, ਅਤੇ ਕਦੇ ਤੁਸੀਂ ਬੁੱਕ ਰੀਡ ਕਰਦੇ ਹੋ, ਅਖਬਾਰ ਪੜ੍ਹਦੇ ਹੋ, ਝੰਡੇ ਦੋ ਹੱਥ ਦੇ ਵਿੱਚ ਫੜ ਕੇ ਸਟੰਟ ਕਰਦੇ ਹੋ, ਹੋਰ ਵੀ ਕੁਛ ਇਸ ਤਰ੍ਹਾਂ ਦੇ ਨਾਲ ਕਰਨ ਦਾ ਅੱਗੇ ਕੁਛ ਪਲੈਨਿੰਗ ਹੈਗੀ ਹੈ? ਪਲੈਨਿੰਗ ਹੈਗੀ ਹੈ ਸਰ, ਜਿਉਂ ਜਿਉਂ ਸਾਨੂੰ ਸਮਾਂ ਮਿਲ ਜਾਵੇ, ਖੇਡਾਂ ਦਾ ਸਮਾਂ ਮਿਲ ਜਾਂਦਾ, ਵਧੀਆ ਖੁੱਲ੍ਹਾ ਟਾਈਮ ਮਿਲ ਜਾਂਦਾ, ਉਹਦੇ ਵਿੱਚ ਤਾਂ ਤੁਸੀਂ ਨਾ ਕਰਦੇ ਘੱਟੋ ਘੱਟ 20-25 ਮਿੰਟ, ਅੱਧਾ ਘੰਟਾ ਵੀ ਲੱਗ ਜਾਂਦਾ। ਅੱਧਾ 20-25 ਮਿੰਟ ਲੈ ਲੈਂਦੇ ਨੇ, ਜਿਵੇਂ ਹੱਥ ਛੱਡ ਕੇ ਘੱਟੋ ਘੱਟ ਕਿਲੋਮੀਟਰਾਂ 'ਚ ਵੀ ਲੈ ਲਵੇ ਸਾਨੂੰ ਰੋਡ ਜਾਂ ਆਪਣਾ ਰੋਡ 'ਤੇ ਤਕਰੀਬਨ ਵੜਦੇ ਨੇ, ਆਪਣੇ ਗਰਾਊਂਡ ਵਧੀਆ ਹੋਵੇ ਜਿਵੇਂ 400 ਮੀਟਰ ਦਾ, 800 ਮੀਟਰ ਦਾ ਸਾਨੂੰ ਰਾਊਂਡ ਵਧੀਆ ਮਿਲ ਜੇ, ਫਿਰ ਸਾਨੂੰ ਬੁਲਟ 'ਤੇ ਹੱਥ ਨਹੀਂ, ਸਾਨੂੰ ਇੰਨਾ ਵੀ ਹੁੰਦਾ ਕਿ ਚੱਲ ਕੰਟਰੋਲ ਹੋ ਕੇ ਅਸੀਂ ਆਪਣੇ ਗਰਾਊਂਡ ਦੇ ਵਿੱਚ ਆਪਣੀ ਪੇਸ਼ਕਾਰੀ ਕਰ ਸਕਦੇ। ਸੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਵੀ ਸ਼ੌਂਕ ਹੈ। ਹਾਂਜੀ, ਅੱਗੇ ਹੋਰ ਕਰਨ ਦਾ ਕੁਛ ਕੀ ਪਲਾਨ ਹੈਗਾ ਫਿਰ ਦੇਖਿਆ ਜਾਵੇ? ਪਲੇਨ ਸਰ ਬਾਕੀ ਨਾਲ ਨਾਲ ਤੁਹਾਨੂੰ ਕਿਹਾ ਜੀ ਆਪਣੇ ਇਹੀ ਗੇਮ ਆ, ਗੇਮ ਨੂੰ ਆਪਾਂ ਚੱਲਦੇ ਰੱਖਾਂਗੇ,
ਚਾਹ ਆਪਣਾ ਸ਼ੌਂਕ ਆ ਸਾਡੇ ਮਨ ਦਾ, ਕਹਿੰਦੇ ਨਹੀਂ ਹੁੰਦੇ, ਕਈ ਬੰਦਿਆਂ ਨੂੰ ਹੁੰਦਾ ਕਿ ਚਲੋ ਕੋਈ ਉਹਦੇ ਕਰਕੇ ਕਰ ਦਿੰਦੇ, ਸਾਨੂੰ ਲੋੜ ਨਹੀਂ ਸੀ ਆਪਣੇ ਜ਼ਿੰਦਗੀ 'ਚ, ਕਹਿੰਦੇ ਨਹੀਂ ਹੁੰਦੇ ਆਪਣੇ ਨਸ਼ੇ ਪੱਤੇ ਤੋਂ ਦੂਰ ਰਹੇ, ਜੇ ਮੇਰੇ ਵੀਰ ਭੈਣ ਕੋਈ ਭਰਾ ਆਪਣਾ ਕੰਮ ਆਪਣਾ ਇਹ ਗੇਮ ਕਰਨਾ ਚਾਹੁੰਦਾ, ਆਪਣੇ ਗਰਾਊਂਡ ਦੇ ਵਿੱਚ ਪੇਸ਼ਕਾਰੀ ਸਿੱਖ ਕੇ ਪਹਿਲਾਂ ਕਰੇ, ਰੋਡ ਦੇ ਉੱਤੇ ਨਾ ਕਰੇ। ਸੋ ਕਦੇ ਮਹਿਕਮੇ ਦੇ ਵੱਲੋਂ ਵੀ ਕਦੇ ਐਪਰੀਸ਼ੀਏਟ ਕੀਤਾ ਗਿਆ, ਕੁਛ ਹੌਸਲਾ ਅਫਜ਼ਾਈ ਕੀਤੀ ਗਈ ਇਸ ਨੂੰ ਲੈ ਕੇ? ਨਹੀਂ, ਮਹਿਕਮੇ ਨਹੀਂ, ਮਹਿਕਮੇ ਇਹਦੇ ਵਿੱਚੋਂ ਨਹੀਂ ਵੀਰ ਜੀ, ਅਸੀਂ ਤਾਂ ਸਿਰਫ ਅਸੀਂ ਆਪਣੇ ਬੇਸ 'ਤੇ ਆਪਣੇ ਲੈਵਲ 'ਤੇ ਹੀ ਸਾਨੂੰ ਚਿੱਠੀ ਦੇਣੀ ਪੈਂਦੀ ਆ, ਮਹਿਕਮੇ ਦਾ ਨਹੀਂ ਇਸ ਵਿੱਚ ਕੋਈ ਉਹ ਹੁੰਦਾ, ਉਹ ਤਾਂ ਅਸੀਂ ਬਸ ਜਿੱਥੇ ਅਸੀਂ ਜਾਂਦੇ ਹਾਂ ਸਨਮਾਨ ਸਨਮਾਨ ਕਰ ਦਿੰਦੇ ਸਰ। ਬਾਕੀ ਬਾ ਕਮਾਲ ਬਾਜ ਦਾ ਸ਼ੌਂਕ ਹੈਗਾ ਕਿ ਜਿਨ੍ਹਾਂ ਦੇ ਵੱਲੋਂ ਇੱਕ ਆਪਣਾ ਵੱਖਰਾ ਹੀ ਸ਼ੌਂਕ ਲੈ ਕੇ, ਜਿਹੜਾ ਕਿ ਰਾਜਪੱਧਰੀ ਪ੍ਰੋਗਰਾਮ ਹੋ ਗਏ, ਭਾਵੇਂ ਉਹ ਗਣਤੰਤਰਤਾ ਦਿਵਸ ਹੋਵੇ, ਸੁਤੰਤਰਤਾ ਦਿਵਸ ਹੋਵੇ, ਹਰੇਕ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਪਰਫੋਰਮ ਕੀਤਾ ਜਾਂਦਾ। ਸੋ ਬਾਈਕ ਦੇ ਉੱਪਰ ਸਟੰਟ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ, ਸੋ ਇੱਕ ਸ਼ੌਂਕ ਹੈ ਜਿਸ ਦੀ ਬਦੌਲਤ ਅੱਜ ਇਹ ਜਿਹੜਾ ਕਿ ਮੁਕਾਮ ਬਾਈ ਨੇ ਖੱਟਿਆ। ਸੋ ਕਿਵੇਂ ਦੀ ਲੱਗੀ ਇਹ ਤੁਹਾਨੂੰ ਸਟੋਰੀ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਵਧੇਰੇ ਅਪਡੇਟ ਜੁੜ ਰਿਹਾ ਹੁੰਦਾ ਟੀਵੀ ਨਾਲ, ਕੈਮਰਾ ਪਰਸਨ ਮੋਹਨ ਲਾਲ ਪਰਵਿੰਦਰ, ਚੰਡੀਗੜ੍ਹ।